ਦੋਸਤੋ ਸਾਡੇ ਨਾਲ ਬਜ਼ੁਰਗ ਕਿਸਾਨ ਮੌਜੂਦ ਨੇ ਵੀ ਉਹ ਦੇਖੋ ਇਹਨਾਂ ਦੇ ਹੱਥ ਦੇ ਵਿੱਚ ਇਹ ਚੱਲੀ ਹੋਈ ਗੋਲੀ ਆ ਜਿਹੜੀ ਇਹ ਦਿਖਾ ਰਹੇ ਨੇ, ਇਹ ਗੋਲੀ ਇਹਨਾਂ ਨੂੰ ਕਿਤੋਂ ਲੱਭੀ ਨਹੀਂ, ਇਹਨਾਂ ਦੇ ਬੱਖੀ ਦੇ ਵਿੱਚ ਜਿਹੜੀ ਇਹ ਗੋਲੀ ਲੱਗੀ ਸੀਗੀ 2 ਦਿਨ ਪਹਿਲਾਂ ਦੀ ਗੱਲ ਆ। ਦੇਖੋ ਤੁਸੀਂ ਜਾਕਟ ਦੇ ਵਿੱਚੋਂ ਦੀ ਇੱਥੋਂ ਦੀ ਜਿਹੜੀ ਇਹ ਗੋਲੀ ਲੱਗੀ ਸੀ ਹੱਥ ਦੇ ਵਿੱਚ ਦਿਖਾ ਰਹੇ ਨੇ, ਇਹ ਇੱਥੋਂ ਦੀ ਜਿਹੜੀ ਹਰਿਆਣਾ ਦੀ ਪੁਲਿਸ ਆ ਗਈ ਉਹਦਾ ਇਹ ਰਵੱਈਆ ਜਾਂ ਮੋਦੀ ਮੋਦੀ ਸਰਕਾਰ ਆ ਜਿਹੜੀ ਸੈਂਟਰ ਦੀ ਸਰਕਾਰ ਆ ਕਿਵੇਂ ਸਾਡੇ ਕਿਸਾਨਾਂ ਦੇ ਉੱਪਰ ਜਿਹੜੀਆਂ ਗੋਲੀਆਂ ਵਰਸਾਈਆਂ ਜਾ ਰਹੀਆਂ ਨੇ, ਅੱਥਰੂ ਕਹਿਣ ਦੇ ਗੋਲੇ ਵਰਸਾਏ ਜਾ ਰਹੇ ਨੇ। ਤੁਸੀਂ ਇਹ ਅੱਖੀ ਦੇ ਸਕਦੇ ਹੋ ਵੀ ਇਹ ਗੋਲੀ ਚੱਲੀ ਹੋਈ ਆ ਜੋ ਇਸ ਬਜ਼ੁਰਗ ਕਿਸਾਨ ਦੀ ਜਿਹੜੀ ਬੱਖੀ ਦੇ ਵਿੱਚ ਗੋਲੀ ਲੱਗੀ ਸੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਆਪਣਾ ਨਾਮ ਕੀ ਆ ਜੀ? ਸੁਖਵੀਰ ਸਿੰਘ। ਕਿਹੜਾ ਪਿੰਡ ਆ ਤੁਹਾਡਾ ਜੀ? ਕਿਲਾ ਲਾਲ ਸਿੰਘ ਬਟਾਲਾ ਤਹਿਸੀਲ ਚ, ਜਿਹੜੀ ਇਹ ਤੁਸੀਂ ਗੁਰਦਾਸਪੁਰ ਡਿਸਟ੍ਰਿਕਟ। ਠੀਕ ਹੈ ਜੀ, ਜਿਹੜੀ ਇਹ ਗੋਲੀ ਤੁਸੀਂ ਦਿਖਾ ਰਹੇ ਹੋ ਇਹ ਤੁਹਾਡੇ ਬੱਖੀ ਦੇ ਵਿੱਚ ਲੱਗੀ ਸੀ? ਹਾਂਜੀ, ਬੱਖੀ 'ਚ ਲੱਗੀ। ਮੈਂ ਉੱਥੋਂ ਵਾਪਸ ਆਉਣ ਡਿਆ, ਉਹਨਾਂ ਨੂੰ ਕਹਿ ਕੇ ਵੀ ਤੁਸੀਂ ਨਾ ਉਹ ਲੜਵਾਜੀ ਕਰੋ ਤੇ ਵਾਪਸ ਆ ਜਾਓ। ਠੀਕ ਹੈ। ਤੇ ਮੈਂ ਵਾਪਸ ਮੁੜ ਪਿਆ। ਹਾਂਜੀ। ਤੇ ਮੈਂ ਜਿਹੜੇ ਐਂ ਮੁੜਿਆ ਨਾ, ਉਹਨਾਂ ਇਸ਼ਾਰਾ ਕਰਤਾ ਤੇ ਇਹਨੂੰ ਮੇਰਾ ਮੂੰਹ ਹੀ ਇੱਥੇ ਉਧਰੋਂ ਗੋਲੀ ਆਈ, ਬੱਖੀ 'ਚ ਵੱਜੀ। ਠੀਕ ਹੈ ਜੀ। ਤੇ ਮੈਂ ਫਿਰ ਹੌਲੀ ਹੌਲੀ ਪੈਰ ਪੁੱਟਦਾ ਪਛਾਣ ਨੂੰ ਆ ਗਿਆ। ਹਾਂਜੀ। ਇਹਦੇ ਕੋਈ ਜ਼ਖਮ ਜ਼ਖਮ ਹੋਇਆ ਜੀ? ਨਹੀਂ ਨਹੀਂ, ਜ਼ਖਮ ਨਹੀਂ ਹੋਇਆ। ਇਹ ਕੱਪੜੇ ਬੜੇ ਪਾਏ ਸੀ ਨਾ। ਹਾਂਜੀ। ਵਿਚਾਰ ਆ ਗਿਆ, ਮਤਲਬ ਵਿਚਾਰ ਆ ਗਿਆ। ਆਹ ਹੀ ਕੱਪੜਾ, ਆਹ ਹੀ ਝੱਗਾ, ਥੱਲੇ ਇਨਰ ਕੱਪੜੇ ਬਹੁਤ ਹੀ। ਕੀ ਕਹਿਣਾ ਚਾਹੁੰਗਾ ਆਪੂ? ਇੱਕ ਪਾਸੇ ਕਿਸਾਨ ਆ ਜਿਹੜਾ ਆਪਣੇ ਹੱਕ ਮੰਗਦੇ ਆ ਤੇ ਦੂਜੇ ਪਾਸੇ ਸਰਕਾਰ ਆ ਜਿਹੜੀ ਗੋਲੀਆਂ ਚਲਾ ਰਹੀ ਆ, ਗੋਲੀਆਂ ਚਲਾ ਰਹੀ ਆ ਨਿਹਾਇਤ ਨਿਹੱਥਿਆਂ ਤੇ। ਹਾਂਜੀ। ਤੇ ਮਤਲਬ ਉਸ ਵੇਲੇ ਦਰਦ ਮੈਨੂੰ ਬਹੁਤ ਹੋਈ ਆ ਗੁੱਜੀ। ਠੀਕ ਹੈ ਜੀ। ਜਦੋਂ ਸੱਟ ਲੱਗੇ ਭਾਵੇਂ ਥੱਲੇ ਜਿੰਨਾ ਮਰਜ਼ੀ ਹੋਇਆ ਥੋੜਾ ਵਜੇ, ਸੱਟ ਬਹੁਤ ਲੱਗੀ ਆ ਪਰ ਮੈਂ ਇੰਨੀ ਮਹਿਸੂਸ ਨਹੀਂ ਕੀਤੀ। ਜਿਹੜੀ ਕੌਮ ਲੰਗਰ ਵਰਤਾਉਂਦੀ ਆ, ਪਿਆਰ ਬਣਦੀ ਆ, ਉਸ ਕੌਮ ਦੇ ਉੱਪਰ ਜਿਹੜੀ ਸਰਕਾਰ ਆ ਇਹ ਗੋਲੀਆਂ ਵਰਸਾਉਂਦੀ ਆ, ਅੱਥਰੂ ਕਹਿਣ ਦੇ ਗੋਲੇ ਚਲਾਉਂਦੀ। ਉਧਰ 2 ਦਿਨ ਪਹਿਲਾਂ ਖਨੌਰੀ ਬਾਰਡਰ ਤੇ ਵੀ ਗੋਲੀਆਂ ਚੱਲੀਆਂ ਨੇ। ਹਾਂਜੀ ਹਾਂਜੀ। ਕੀ ਲੱਗਦਾ ਵੀ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਦੇਊਗੀ? ਮੈਂ ਨਹੀਂ ਮੰਨਦਾ ਇਹ ਧਿਆਨ ਦੇਊਗੀ। ਡੰਡਾ ਸੋਟਾ ਮਾਰਦਾ ਹੁਣ ਇਹ ਗੋਲੀਆਂ ਤੇ ਬੰਬ ਤੇ ਫੌਜ ਆਈ ਆ। ਠੀਕ ਹੈ ਜੀ। ਫੌਜ ਉਹ ਲਿਆ ਜਿਹੜੀ ਸਾਡੀ ਬੋਲੀ ਨਹੀਂ ਜਾਣਦੀ। ਜਿਹੜਾ ਹਰਿਆਣੇ ਦਾ ਸੀਐਮ ਉਹ ਤਾਂ ਕਹਿੰਦਾ ਵੀ ਇਹਨਾਂ ਕਿਸਾਨਾਂ ਦਾ ਦਿੱਲੀ ਜਾਣ ਦਾ ਜਿਹੜਾ ਰਸਤਾ ਗਾ ਉਹ ਰਸਤਾ ਗਲਤ ਹੈਗਾ ਕਹਿੰਦਾ। ਕਿਉਂ ਕਹਿੰਦਾ? ਇਹ ਗਲਤ ਤਰੀਕੇ ਨਾਲ ਜਾ ਰਹੇ ਨੇ ਦਿੱਲੀ ਜਾ ਰਹੇ। ਕਿਹੜਾ ਦੱਸੇ ਮੈਨੂੰ, ਮੇਰੇ ਨਾਲ ਗੱਲ ਕਰੇ। ਠੀਕ ਹੈ, ਮੇਰੇ ਨਾਲ ਗੱਲ ਕਰੇ। ਇਹ ਹਾਈਵੇ ਆ, ਕੌਣ ਨਹੀਂ ਲੰਘਦਾ ਇੱਥੋਂ ਦੀ? ਮੇਨ ਤੇ ਜਾ ਰਿਹਾ ਵੇ ਤੇ ਆ ਕਦੇ ਵਾਸਤੇ ਬਣਾਇਆ ਵਾ ਰਸਤਾ? ਹਾਂਜੀ, ਹਾਈਵੇ ਤੇ ਜਾ ਰਹੇ ਆ ਅਸੀਂ। ਜਦ ਕਿ ਗਲਤ ਕਿੱਦਾਂ ਵਾ ਦੱਸੋ, ਤੁਸੀਂ ਦੱਸ ਦਿਓ ਗਲਤ ਵਾ। ਜਦ ਕਿ ਹਰ ਇੱਕ ਬੰਦਾ ਤੁਸੀਂ ਜਾ ਸਕਦਾ। ਪਰ ਜੇ ਉਹ ਕਹਿੰਦੇ ਵੀ ਜੇ ਗੱਲਬਾਤ ਕਰਨੀ ਆ ਲੋਕਾਂ ਨੂੰ ਦਿੱਲੀ ਜਾਣ ਦਿਓ, ਫਿਰ ਇਹ ਟ੍ਰੇਨ ਵੀ ਗਲਤ ਲੰਘਾਈ ਆ ਇਹਨਾਂ ਨੇ। ਉਹ ਕਹਿੰਦੇ ਆ ਫਿਰ ਲੋਕਾਂ ਨੂੰ ਦਿੱਲੀ ਜਾਣ ਦਿਓ ਗੱਲਬਾਤ ਕਰ ਲਈ, ਕਾਹਤੇ ਜਾਈਏ ਅਸੀਂ? ਇੰਨੇ ਪੈਸੇ ਹੈ ਸਾਡੇ ਕੋਲ ਕਿਰਾਇਆ ਖਰਚਣ ਜੋਗੇ, ਤੇ ਰੈਸ਼ਾਂ ਕਿੱਥੇ ਕਰਨੀ? ਇੰਨੇ ਜਾਣੇ ਨੂੰ ਕੌਣ ਰੈਸ਼ ਕਰਾਊ? ਆਪਣੇ ਕੌਣ ਰਾਸ਼ਨ ਦੇਊ ਸਾਨੂੰ? ਹਾਂਜੀ ਹਾਂਜੀ। ਇਸ ਕਰਕੇ ਅਸੀਂ ਆਪਣੀ ਰਹਿਸ਼ ਬਿਸਤਰੇ ਮੰਜੇ ਸਭ ਕੁਝ ਆਹ ਨਾਲ ਲਿਆਂਦੇ, ਆਟਾ ਦਾਲ ਚੌਲ ਪਾਛੇ ਵੀ ਨਹੀਂ ਰਹਿਣਾ ਪਏ, ਪਿੱਛੋਂ ਹੋਰ ਆਈ ਜਾਣਾ, ਪਿੱਛੋਂ ਸਾਡੀ ਸੰਗਤ ਹੋਰ ਆਈ ਜਾਣੀ। ਮੰਨ ਲਓ ਮੋਰਚਾ ਜਿਹੜਾ ਫਤਿਹ ਕਰਕੇ ਜਾਣਾ। ਠੀਕ ਹੈ ਬਾਪੂ, ਜਿੱਦਾਂ ਮਰਜ਼ੀ ਇਹ ਕਰ ਲੈ। ਠੀਕ ਹੈ, ਕੀ ਕਰ ਲੂ? ਮੰਨ ਲਓ ਜੇ 6 ਮਹੀਨੇ ਸਾਲ ਬੈਠਣਾ ਪਿਆ, ਬੈਠਾਂਗੇ। ਠੀਕ ਹੈ, ਅਸੀਂ ਚੱਲ ਜਾਣਾ ਹੁਣ 8-10 ਦਿਨ ਰਹੇ ਆ, ਸਾਡੇ ਹੋਰ ਬੰਦੇ ਆ ਜਾਣੇ ਆ। ਠੀਕ ਹੈ ਜੀ। ਤੇ ਉਹ ਬਹਿਣਗੇ ਫਿਰ ਅਸੀਂ ਵਸਮ ਕੇ ਆਪਣਾ ਘਰ ਬਾਰ ਵੇਖ ਕੇ ਫਿਰ ਅਸੀਂ ਇੱਥੇ ਆ ਜਾਂਦੇ, ਬੱਚੇ ਲਾਲੀਆਂ ਇੱਥੇ ਰਹਿਣਗੀਆਂ। ਕਰਦੇ ਨਹੀਂ ਕਹਿੰਦੇ ਬੱਚੇ ਵੀ ਤੁਸੀਂ ਇੰਨੇ ਦਿਨ ਘਰੇ ਨਹੀਂ ਆਉਂਦੇ? ਕੁਝ ਵੀ ਨਹੀਂ ਕਹਿੰਦੇ, ਹਾਲ ਚਾਲ ਪੁੱਛਦੇ, ਸਾਰਾ ਪਰਿਵਾਰ ਸਾਥ ਦਿੰਦਾ ਜੀ।
ਅਸੀਂ ਭਗਵੰਤ ਮਾਨ ਨੂੰ ਇਹ ਕਹਿੰਦੇ ਹਾਂ ਵੀ ਇੱਕ ਬੰਨੇ ਤੂੰ ਇਹਨਾਂ ਦਾ ਕਿਸਾਨਾਂ ਦੇ ਨਾਲ ਆ, ਇੱਕ ਬੰਨੇ ਸਾਡੇ ਦਾ ਗੋਲੀ ਗੈਸ ਸਤਿਗੁਰੂ ਚੱਲਣ ਡੇ ਮੋਦੀ ਨਾਲ ਗੱਲ ਕਰ, ਉਹ ਵੀ ਪੰਜਾਬ ਦੇ ਵਿੱਚ ਆਪਾਂ ਹਜੇ ਖੜੇ ਆਂਗੇ ਮੰਨ ਲਓ ਏਰੀਆ ਦੇ ਵਿੱਚ ਉੱਥੇ ਚੱਲ ਰਹੀ ਹੈ ਸਾਡੇ ਏਰੀਆ ਲਾਇਆ ਵਾ ਆਪਣੀ ਜਾਨ ਦੇ ਹੱਥ ਚ ਲਾਵੇ ਜੇ ਸਾਡੇ ਨਾਲ ਆ ਤੇ ਇਹਦਾ ਕੋਈ ਮੰਤਰੀ ਕੋਈ ਕਲਸੀ ਮੰਤਰੀ ਕੋਈ ਪੰਨੂ ਜਾਂ ਕੋਈ ਇੱਥੋਂ ਮੰਤਰੀ ਕੋ ਆਇਆ ਇਹ ਜੀ ਪੰਜਾਬ ਪੁਲਿਸ ਕੋਲ ਡੰਡੇ ਵੀ ਹੈ ਨੀ ਉਧਰ ਸਾਡੇ ਗੋਲੀਆਂ ਅੱਥ ਨੂੰ ਚੱਲਣ ਡੇ ਨੇ ਅੱਥਰੂ ਗੈਸ ਇਹ ਸਾਡੇ ਨਾਲ ਕਾਰਾ ਮੋਢੇ ਨਾਲ ਮੋਢਾ ਲਾਇਆ ਜਾਂ ਸਾਡੀ ਆਪਣੇ ਪੁਲਿਸ ਨੂੰ ਦਵੇ ਹਥਿਆਰ ਤੇ ਉਹਨਾਂ ਦੇ ਨਾਲ ਕਰੇ ਮੁਕਾਬਲਾ ਤੇ ਕਿਸਾਨ ਲੰਘਣ ਤੇ ਲੰਘਣਾ ਤੇ ਹਾਂ ਫੇਰ ਵੀ ਸਾਨੂੰ 6 ਮਹੀਨੇ ਲੱਗ ਜਾਣ ਜ਼ਰੂਰ ਲੰਘਾਂਗੇ ਅਸੀਂ ਸਿਰ ਤਲੀ ਦੇ ਉੱਤੇ ਰੱਖ ਕੇ ਆਏ ਹਾਂ ਲੰਘਣਾ ਆਪਣੀਆਂ ਮੰਗਾਂ ਲੈਣੀਆਂ ਨੇ ਮੰਗਾਂ ਮਨਾਉਣੀਆਂ ਨੇ ਉਹਨੂੰ ਧੋਣਾ ਮੋਦੀ ਨੂੰ ਤੇ ਜਾਖੜ ਨੂੰ ਕਿੰਨੇ ਸਾਲ ਦੀ ਉਮਰ ਆ ਬਾਬਾ ਜੀ ਆਪਣੀ ਮੇਰੀ 72 ਸਾਲ ਠੀਕ ਹੈ ਸਰਕਾਰ ਪੰਜਾਬ ਸਰਕਾਰ ਜਦ ਕਿ ਇਹ ਆ ਪੰਜਾਬ ਦੀ ਧਰਤੀ ਦੇ ਉੱਪਰ ਆਪਾਂ ਹਰਿਆਣੇ ਦੇ ਵਿੱਚ ਹਜੇ ਅੱਗੇ ਐਂਟਰ ਵੀ ਨਹੀਂ ਕੀਤਾ ਤੇ ਇੱਥੇ ਸਾਡੇ ਤੇ ਤਸੱਦਦ ਹੋ ਰਿਹਾ ਗੋਲੀਆਂ ਚਲਾਈ ਜਾ ਰਹੀਆਂ ਕੀ ਪੰਜਾਬ ਦੇ ਜਿਹੜੇ 92 MLA ਨੇ ਜਾਂ ਵਿਧਾਇਕ ਨੇ ਉਹਨਾਂ ਨੂੰ ਨੀ ਇੱਥੇ ਕਿਸਾਨਾਂ ਦੇ ਵਿੱਚ ਉਹ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਲੁੱਕ ਕੇ ਬੈਠੇ ਹੋਏ ਨੇ ਉਹ ਕਹਿੰਦੇ ਆ ਵੀ ਸਾਡੀ ਜਿਹੜੀ ਹੈਗੀ ਆ ਜਿੱਦਾਂ ਕਹਿੰਦੇ ਵੀ ਸਾਡੀ ਕੁਰਸੀ ਨਾ ਖੁਸ ਜਾਵੇ ਇਹ ਇਹੋ ਜਿਹੇ ਕੰਮ ਚ ਕੁਰਸੀ ਨਹੀਂ ਵੇਖਣੀ ਚਾਹੀਦੀ ਅੱਗੇ ਆਉਣਾ ਚਾਹੀਦਾ ਵਾ ਆਉਣ ਵਾਲਾ ਸਮਾਂ ਜਿਹੜਾ ਵਾ ਸਾਡੇ ਇੱਥੇ ਕੋਈ ਵੀ ਸਰਕਾਰ ਦਾ ਨੁਮਿੰਦਾ ਅੱਗੇ ਆਉਂਦਾ ਤੇ ਸਾਡਾ ਵੀ ਹੌਸਲਾ ਹੋਰ ਵਧਣਾ ਹੈ ਵੀ ਸਾਡੇ ਲੀਡਰ ਸਾਡੇ ਨਾਲ ਆ ਔਰ ਸਾਡਾ ਹੋਰ ਹੌਸਲਾ ਵਧਣਾ ਹੈ ਉਹਨਾਂ ਨੇ ਸਾਨੂੰ ਲੈਕਚਰ ਦੇਣਾ ਵੀ ਅਸੀਂ ਸਮਝੌਤਾ ਕਰਾ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਸਾਡਾ ਜਿਹੜਾ ਹੈਗਾ ਵਾ ਮੁੱਦਾ ਜਿਹੜੀਆਂ ਵੀ ਸਾਡੀਆਂ ਮੰਗਾਂ ਵਾ ਅਸੀਂ ਮਨਾ ਕੇ ਤੁਹਾਡੇ ਪੇਸ਼ ਕਰਦੇ ਠੀਕ ਹੈ ਜੀ ਬਾਕੀ 2-3 ਦਿਨ ਤੇ ਇਹਨਾਂ ਨੇ ਜਹਾਜ਼ ਬਹੁਤ ਚਲਾਏ ਲੇਕਿਨ ਪਰਸੋਂ ਦੀ ਸ਼ਾਂਤੀ ਹੋਈ ਆ ਜਹਾਜ਼ ਐਵੇਂ ਆਉਂਦੇ ਸਾਰੀ ਦਿਹਾੜੀ ਵੀ ਜਿਵੇਂ ਪਾਕਿਸਤਾਨ ਹਿੰਦੁਸਤਾਨ ਦੀ ਜੰਗ ਲੜ ਗਈ ਆ ਠੀਕ ਹੈ ਜੀ ਤੇ ਆਪਣੇ ਦੇਸ਼ ਦੇ ਵਿੱਚ ਆਪ ਹੀ ਜਹਾਜ਼ਾਂ ਦਾ ਤੇਲ ਫੂਕੀ ਜਾਣ ਡੇ ਠੀਕ ਹੈ ਧੰਨਵਾਦ ਬਾਈ ਬੜੀ ਮਿਹਰਬਾਨੀ।